ਫਾਜ਼ਿਲਕਾ ਦੇ ਅਧੀਨ ਪੈਂਦੇ ਥਾਣਾ ਅੰਨੀਵਾਲਾ ਵਿਖੇ ਤੈਨਾਤ ਪੰਜਾਬ ਹੋਮਗਾਰਡ ਦਾ ਮੁਲਾਜ਼ਮ ਸੁਖਚਰਨ ਸਿੰਘ ਜਿਸ ਦੀ ਬੀਤੇ ਦਿਨਾਂ ਡਿਊਟੀ ਦੌਰਾਨ ਇੱਕ ਸੜਕੀ ਹਾਦਸੇ 'ਚ ਮੌਤ ਹੋ ਗਈ ਸੀ। ਸਵਰਗੀ ਸੁਖਚਰਨ ਸਿੰਘ ਦੀ ਅੱਜ ਅੰਤਿਮ ਅਰਦਾਸ ਪਿੰਡ ਰੱਤਾ ਟਿੱਬਾ ਵਿਖੇ ਹੋਈ, ਜਿੱਥੇ ਪੁੱਜੇ SSP ਡਾਕਟਰ ਕੇਤਨ ਬਲੀਰਾਮ ਪਾਠਕ ਅਤੇ SPH ਜਸਵਿੰਦਰ ਸਿੰਘ ਘਾਰੂ, DSP ਰਛਪਾਲ ਸਿੰਘ, DSP ਜਸਵੀਰ ਸਿੰਘ ਵੱਲੋਂ ਸੜਕੀ ਹਾਦਸੇ 'ਚ ਮਾਰੇ ਗਏ ਸੁਖਚਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 17 ਤਾਰੀਖ ਪਿਛਲੇ ਸੋਮਵਾਰ ਦੇ ਦਿਨ ਅਰਨੀਵਾਲਾ ਪੁਲਿਸ ਸਟੇਸ਼ਨ ਦੇ ਵਿੱਚ ਨਾ ਮੁਲਿਆਵਾਲੀ ਪਿੰਡ ਦੇ ਏਰੀਆ ਵਿੱਚ ਅਸੀਂ ਨਾਕਾ ਲਾਇਆ ਸੀ, ਜੋ ਡਿਸਟ੍ਰਿਕਟ ਦੀ ਅਸੀਂ ਨਾਕੇਬੰਦੀ ਕਰਤੀ ਹੈ। ਉਸ ਨਾਕੇ ਦੌਰਾਨ ਸਾਡਾ ਇੱਕ ਹੋਮਗਾਰਡ ਦਾ ਜਵਾਨ ਸੁਖਚਰਨ ਸਿੰਘ ਸ਼ਹੀਦ ਹੋ ਗਿਆ ਔਰ ਇਸ ਜੋ ਜਵਾਨ ਦਾ ਅੱਜ ਅੰਤਿਮ ਅਰਦਾਸ ਰੱਖਿਆ ਹੋਇਆ ਸੀ ਉਹਦੇ ਪਿੰਡ ਵਿੱਚ। ਅਸੀਂ ਸਾਰੇ ਇੱਥੇ ਹਾਜ਼ਰ ਹੋਏ, ਸਾਰੀ ਪੰਜਾਬ ਪੁਲਿਸ ਦੇ ਮੇਰੇ SHO ਸਾਹਿਬਾਨ, ਜਵਾਨ, SP ਸਾਹਿਬ, ਡਿਪਟੀ ਸਾਹਿਬ, ਕਮਾਂਡੈਂਟ ਹੋਮਗਾਰਡ ਦੇ ਜਿਹੜੇ ਬਰਾੜ ਸਾਹਿਬ ਇਹ ਵੀ ਇੱਥੇ ਆਏ ਨੇ। ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਏ ਹੈ। ਸਾਡੇ ਫਾਜ਼ਿਲਕਾ ਪੁਲਿਸ ਵੱਲੋਂ ਸਾਰੇ ਮੁਲਾਜ਼ਮਾਂ ਨੇ, ਅਫਸਰਾਂ ਨੇ ਆਪਣੇ ਇੱਕ ਦਿਨ ਦੀ ਤਨਖਾਹ ਇਸ ਜਵਾਨ ਦੇ ਪਰਿਵਾਰ ਦੇ ਲਈ ਇੱਕ ਦੁੱਖ ਦੇ ਘੜੀ ਵਿੱਚ ਇੱਕ ਤੋਹਫਾ ਕਹਿ ਲਓ ਜਾਂ ਜੋ ਵੀ ਕੁਛ ਤੁਸੀਂ ਕਹਿ ਸਕਦੇ ਹੋ, ਦੁੱਖ ਦੇ ਘੜੀ 'ਚ ਅਸੀਂ ਮਦਦ ਦੇ ਤੌਰ 'ਤੇ ਅਸੀਂ ਦਿੱਤਾ ਹੋਇਆ ਹੈ। ਤਾਂ 10 ਲੱਖ ਦਾ ਅਸੀਂ ਚੈੱਕ ਇਹਨਾਂ ਨੂੰ ਦਿੱਤਾ ਹੋਇਆ ਹੈ ਫਾਜ਼ਿਲਕਾ ਪੁਲਿਸ ਵੱਲੋਂ। ਜਾਗਰਤੀ ਲੈਣ ਲਈ ਫਾਜ਼ਿਲਕਾ ਤੋਂ ਅਰਵਿੰਦਰ ਤਨੇਜਾ ਦੀ ਰਿਪੋਰਟ।